ਦੇਖੀ ਸੌ ਨਾ ਜਾਵੀਂ, ਕਿਸਮਤ ਫੇਰਾ ਪਾਉਣ ਵਾਲੀ ਏ। ਚੱਕ ਸਮਾਨ ਤਿਆਰੀ ਕਸ ਲੈ, ਗੱਡੀ ਆਉਣ ਵਾਲੀ ਏ। ਇਹ ਲਿਖਤ ਹੈ ਪੰਜਾਬ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਜੀ ਦੀ, ਜਿਹੜੀ ਸਕਾਰਾਤਮਕ ਸੋਚ ਦੀ ਉਮੀਦ ਨਾਲ ਸਾਂਝ ਨੂੰ ਦਰਸਾਉਂਦੀ ਹੈ ਕਿ ਜੇਕਰ ਸਾਡੀ ਸੋਚ ਸਕਾਰਾਤਮਕ ਹੈ ਤਾਂ ਅਸੀਂ ਜ਼ਿੰਦਗੀ ਵਿੱਚ ਮਿਲਦੇ ਮੌਕਿਆਂ ਨੂੰ ਸਹੀ ਤਰੀਕੇ ਨਾਲ ਸਾਂਭ ਸਕਦੇ ਹਾਂ। ਬਸ ਉਮੀਦ ਦਾ ਦੀਵਾ ਕਦੇ ਬੁਝਣ ਨਾ ਦਿਓ। ਤੁਸੀਂ ਸੁਣ ਰਹੇ ਹੋ ਬੂੰਦੇ ਦੀ ਪੋਡਕਾਸਟ ਸਰਵਿਸ, ਅਤੇ ਤੁਹਾਡੇ ਨਾਲ ਮੈਂ ਹਾਂ ਪੰਜਾਬ ਤੋਂ ਜਸਲੀਨ ਕੌਰ, ਅਤੇ ਸਾਡਾ ਵਿਸ਼ਾ ਹੈ ਜੀ ਉਮੀਦ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਉਮੀਦ ਦੀ ਕੜੀ ਨੂੰ ਪਸੰਦ ਕਰ ਰਹੇ ਹੋਵੋਗੇ। ਦੋਸਤੋ, ਉਮੀਦ ਤਦ ਤੱਕ ਕਾਇਮ ਰਹਿੰਦੀ ਹੈ ਜਦ ਤੁਸੀਂ ਹਿੰਮਤ ਅਤੇ ਹੌਸਲੇ ਦੇ ਕਿਨਾਰੇ ਖੜ ਕੇ ਇੱਕ ਚੰਗੀ ਅਤੇ ਸਕਾਰਾਤਮਕ ਸੋਚ ਨਾਲ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਮੁਸ਼ਕਿਲਾਂ ਭਰਿਆ ਗਹਿਰਾ ਸਮੁੰਦਰ ਪਾਰ ਕਰਦੇ ਹੋ। ਜੀ ਹਾਂ ਦੋਸਤੋ, ਅੱਜ ਮੈਂ ਤੁਹਾਡੇ ਨਾਲ ਅਜਿਹੀ ਸ਼ਖਸੀਅਤ ਦੀ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ ਜਿਸ ਨੇ ਜੀਵਨ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਉਹਨਾਂ ਨੇ ਕਦੀ ਹਿੰਮਤ ਨਹੀਂ ਹਾਰੀ। ਜੀ ਹਾਂ, ਸਿਰਫ ਅਤੇ ਸਿਰਫ ਉਮੀਦ ਨਾਲ ਹੀ ਉਹਨਾਂ ਦਾ ਹਨੇਰਾ ਜੀਵਨ ਉਜਾਗਰ ਹੋਇਆ। ਮੈਂ ਗੱਲ ਕਰ ਰਹੀ ਹਾਂ ਪੰਜਾਬ ਦੇ ਉੱਘੇ ਪੈਰਾਲੰਪਿਕ ਪਾਵਰ ਲਿਫਟਰ ਰਜਿੰਦਰ ਸਿੰਘ ਰਹੇਲੂ ਜੀ ਦੀ। ਸ਼ਾਇਦ ਤੁਹਾਡੇ ਵਿੱਚੋਂ ਵੀ ਕਈਆਂ ਨੇ ਨਾਮ ਪਹਿਲੀ ਵਾਰ ਸੁਣਿਆ ਹੋਵੇ। ਹਾਲਾਂਕਿ ਜੇਕਰ ਤੁਸੀਂ ਗੂਗਲ 'ਤੇ ਰਜਿੰਦਰ ਸਿੰਘ ਰਹੇਲੂ ਸਰਚ ਕਰੋਗੇ ਤਾਂ ਬਾਕੀਆਂ ਦੇ ਮੁਕਾਬਲੇ ਤੁਹਾਨੂੰ ਬਹੁਤ ਘੱਟ ਨਤੀਜੇ ਮਿਲਣਗੇ। ਦੋਸਤੋ, ਬੜੇ ਹੀ ਅਫਸੋਸ ਦੀ ਗੱਲ ਹੈ ਕਿ ਭਾਰਤ ਜਿਹੇ ਦੇਸ਼ ਵਿੱਚ ਹੋਰ ਖੇਡਾਂ ਜਿਵੇਂ ਕਬੱਡੀ, ਪੈਰਾਲਿਫਟਿੰਗ, ਕੁਸ਼ਤੀ ਦੀ ਬਜਾਏ ਸਿਰਫ ਕ੍ਰਿਕਟ ਦਾ ਹੀ ਜਨੂੰਨ ਹੈ ਅਤੇ ਰਜਿੰਦਰ ਸਿੰਘ ਰਹੇਲੂ ਜਿਹੇ ਖਿਡਾਰੀ ਨੂੰ ਉਹ ਪਹਿਚਾਣ ਨਹੀਂ ਮਿਲੀ ਜਿਸਦੇ ਉਹ ਹੱਕਦਾਰ ਹਨ। ਦੋਸਤੋ, ਇੱਕ ਗਰੀਬ ਅਤੇ ਦਲਿਤ ਪਰਿਵਾਰ ਵਿੱਚ ਜੰਮੇ ਪਲੇ ਰਜਿੰਦਰ ਸਿੰਘ ਰਹੇਲੂ ਜਲੰਧਰ ਦੇ ਨਿਵਾਸੀ ਹਨ ਅਤੇ ਪਰਿਵਾਰ ਵਿੱਚ ਸਭ ਤੋਂ ਛੋਟੇ ਹਨ। ਰਹੇਲੂ ਜੀ ਦੇ ਪਿਤਾ ਬੈਂਡ ਮਾਸਟਰ ਸੀ ਅਤੇ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਸੀ ਅਤੇ ਇਸੇ ਤਰ੍ਹਾਂ ਘਰ ਦੀ ਆਈ ਚਲਾਈ ਹੁੰਦੀ ਸੀ। ਰਹੇਲੂ ਜੀ 8 ਮਹੀਨਿਆਂ ਦੇ ਸੀ ਜਦੋਂ ਉਹ ਇਨਫੈਂਟਾਈਲ ਪੈਰਾਲਾਈਸਿਸ, ਮਤਲਬ ਬਾਲ ਅਧਰੰਗ ਦੇ ਸ਼ਿਕਾਰ ਹੋ ਗਏ ਸੀ, ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਕਿਉਂਕਿ ਉਹਨਾਂ ਨੇ ਆਪਣੇ ਮਨ ਵਿੱਚ ਉਮੀਦ ਦੀ ਕਿਰਨ ਉਜਾਗਰ ਰੱਖੀ ਅਤੇ ਆਪਣੇ ਆਪ ਨੂੰ ਕਦੀ ਕਿਸੇ ਤੋਂ ਘੱਟ ਨਹੀਂ ਸਮਝਿਆ। 41 ਸਾਲਾਂ ਬਾਅਦ ਰਜਿੰਦਰ ਸਿੰਘ ਰਹੇਲੂ ਜੀ ਨੇ ਗਲਾਸਗੋ ਵਿੱਚ ਹੋਈਆਂ ਕਾਮਨਵੈਲਥ ਗੇਮਸ ਵਿੱਚ ਭਾਗ ਲੈ ਕੇ ਸਿਲਵਰ ਮੈਡਲ ਹਾਸਲ ਕੀਤਾ। ਸ਼ੁਰੂਆਤੀ ਦੌਰ ਵਿੱਚ ਰਜਿੰਦਰ ਸਿੰਘ ਰਹੇਲੂ ਜੀ ਨੇ ਸ਼ਾਇਦ ਹਿੰਮਤ ਦੀ ਢੇਰੀ ਢਾ ਦਿੱਤੀ ਸੀ, ਪਰ ਇੱਕ ਸ਼ਖਸ ਜਿਸਨੇ ਹਰ ਮੁਸ਼ਕਿਲ ਵਿੱਚ ਉਹਨਾਂ ਦਾ ਸਾਥ ਦਿੱਤਾ, ਜਿਸਨੇ ਆਪਣੀ ਉਮੀਦ ਦਾ ਸਹਾਰਾ ਦੇ ਕੇ ਰਜਿੰਦਰ ਸਿੰਘ ਰਹੇਲੂ ਜੀ ਦੇ ਹਨੇਰੇ ਮਨ ਨੂੰ ਉਮੀਦ ਦੀ ਕਿਰਨ ਦਿਖਾਈ, ਉਸ ਸ਼ਖਸੀਅਤ ਦੀ ਵੀ ਗੱਲ ਕਰਾਂਗੇ। ਉਹਦੇ ਲਈ ਤੁਹਾਨੂੰ ਕਰਨਾ ਪਵੇਗਾ ਅਗਲੇ ਐਪੀਸੋਡ ਦਾ ਇੰਤਜ਼ਾਰ ਥੋੜ੍ਹੇ ਸਬਰ ਦੇ ਨਾਲ। ਤੁਸੀਂ ਸੁਣ ਰਹੇ ਸੀ ਬੂੰਦੇ ਦੀ ਪੋਡਕਾਸਟ ਸਰਵਿਸ ਜਸਲੀਨ ਕੌਰ ਦੇ ਨਾਲ। ਤੁਸੀਂ ਆਪਣੇ ਸੁਝਾਅ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸਾਡੀ ਈਮੇਲ ID ਦੇ ਰਾਹੀਂ। ਸਾਡੀ ਈਮੇਲ ID ਹੈ boonde.podcast@gmail.com boondein.podcast@gmail.com। ਸਾਡੇ ਇੰਸਟਾਗ੍ਰਾਮ ਪੇਜ ਬੂੰਦੇ ਪੋਡਕਾਸਟ ਨੂੰ ਵੀ ਜ਼ਰੂਰ ਫੋਲੋ ਕਰਿਓ। ਤਦ ਤੱਕ ਲਈ ਮੈਂ ਜਸਲੀਨ ਕੌਰ ਬੂੰਦੇ ਦੀ ਪੋਡਕਾਸਟ ਸਰਵਿਸ ਵਿੱਚ ਫਿਰ ਮਿਲਾਂਗੀ, ਕਿਉਂਕਿ ਉਮੀਦ ਅਜੇ ਬਾਕੀ ਹੈ। ਧੰਨਵਾਦ।